हेलो की शुक्र, अभी मैं फोन चुक कर लिया। मैनू अज तो बाद फोन नहीं लगना चाहिए। बस मैं कहता जिदा तेनू अपने माँ प्यो जरूरी है ना, इदा मेनू माँ भी जरूरी है। हुण प्यो मेरा तो पहले नहीं सिर ते हैगा। कुछ नहीं होया मेनू, मैं अपनी माँ नूं नहीं हुण हुंदिया कुछ भी वेख सकदी, ते इल्जाम नहीं मैं अपने सिर लैणा भी मेरे करके मेरी माँ नूं कुछ हो गया वा। जो भी है बस ठीक वा। बस मैं कहता मैनू हुण फोन ना लाई, नंबर मैं तेरा ब्लॉक च पा देण लगी। मैनू हुण अपनी मां जरूरी है ते अपने भरा जरूरी है, होर नहीं कोई भी जरूरी मेरे वास्ते। पहलां दी गल होर ही ना, हुण मैं जो कहण रही हां वो सुण। बस मैनू हुण फोन ना आवे, बस तेरा हुण गल खत्म। हेलो 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 हेलो, किसे नू नी मम्मी? दस हर मैं फोन ते लगा रहना ते जाना, तू मैं फोन किसे दा नहीं आंदा। कोई काम धंधे वाल ध्यान रखिया कर, काम धंधा कर जेड़ा तेरा काम करने वाला वा। ओ करी दा या काम तेरे नाल दे मुंडे काम ते लगे है, मारो मार काम करन दे, तू हर वेले फोन च वड़िया रहना। मम्मी फोन भी ते काम दा ही आ। ਕਾਹਦੇ ਕੰਮ ਦੇ? ਮੈਨੂੰ ਪਤਾ ਵੀ ਲੱਗੇ ਕਾਹਦੇ ਕੰਮ ਦੇ ਫੋਨ ਆਏ। ਦੱਸ ਦੂੰਗਾ ਜਦੋਂ ਲੋੜ ਪਈ ਦੱਸਣ ਦੀ। ਕਦੋਂ ਕੰਮ ਲੋੜ ਪੈਣੀ ਹੈ? ਜਦੋਂ ਆਕਾ ਗੱਲ ਵੀ ਕੁੱਟ ਕਟਾਪਾ ਹੋਗਾ ਉਦੋਂ ਤੂੰ ਮੈਨੂੰ ਦੱਸਣਾ ਵਾ। ਕਿਤੇ ਨਹੀਂ ਕੁੱਟ ਕਟਾਪਾ ਹੁੰਦਾ। ਹਰ ਵੇਲੇ ਫੋਨ ਤੇ, ਨਾ ਤੈਨੂੰ ਕੋਈ ਕੰਮ ਦਾ ਪਤਾ ਨਾ ਤੈਨੂੰ ਹੋਰ। ਕੀ ਮੈਂ ਆਪਣੇ ਗਲ ਫਾਹ ਪਾਇਆ ਸੀ? ਨਾਲੇ ਆਪਣੇ ਭਰਾਵਾਂ ਕੋਲੋਂ ਝੂਠੀ ਪੈਣ ਲਈ ਮੈਂ ਭੈਣ ਜੀ ਗੱਲਾਂ ਬਾਤਾਂ ਕਰੋ, ਕੀ ਸੋਚਣ ਡਏ ਤੁਸੀਂ? ਸੋਚਣਾ ਭੈਣ ਕੀ ਆ, ਹਾਂ ਮੇਰਾ ਤਾਂ ਹੁਣ ਇਹੋ ਹੀ ਆ। ਮੈਂ ਤੇ ਆਨੀ ਆ ਕਿ ਚੱਲ ਹੁਣ ਸਾਡੀ ਰਿਸ਼ਤੇਦਾਰੀ ਤੇ ਬਣ ਗਈ ਆ, ਹਾਂਜੀ, ਤੇ ਮਨਜੋਤ ਦਾ ਆਪਾਂ ਵਿਆਹ ਕਰ ਲਈਏ, ਮਨਪ੍ਰੀਤ ਦਾ ਤੇ ਮਨਜੋਤ ਦਾ, ਤੇ ਮੈਂ ਵੀ ਜਰਾ ਸੁਰਖਰੂ ਹੋ ਜੂੰਗੀ। ਮੈਂ ਤੇ ਆਖਿਆ ਸੀ ਵੀ ਠਾਕਾ ਲਾਵਾਂਗੇ, ਰੋਕ ਰਕਾਈਆ ਕਰਾਂਗੇ ਤੇ ਨਿਕਾਹ ਜਿਹਾ ਪ੍ਰੋਗਰਾਮ ਕਰਾਂਗੇ ਤੇ ਫੇਰ ਵਿਆਹ ਕਰਾਂਗੇ, ਨਾਲੇ ਮਨਪ੍ਰੀਤ ਦੀ ਪੜ੍ਹਾਈ ਪੂਰੀ ਹੋ ਜੂਗੀ। ਭੈਣ ਜੀ ਮੈਂ ਤੇ ਆਨੀ ਆ ਵੀ ਆਪਾਂ ਦੋਰੇ ਦੋਰੇ ਖਰਚਾ ਜਰੂਰ ਕਰਨਾ। ਤੇ ਫੇਰ ਕੀ ਆ ਭੈਣ ਜੀ, ਧੀਆਂ ਪੁੱਤਾਂ ਨਾਲੋਂ ਕੀ ਚੰਗਾ ਵਾ? ਹੈ ਤੇ ਤੇਰੀ ਗੱਲ ਸਿਆਣੀ ਆ, ਹਾਂ ਤੇ ਪਰ ਨਹੀਂ ਤੁਸੀਂ ਸਾਨੂੰ ਫੇਰੇ ਦੋ, ਗੁਰਦੁਆਰੇ ਦੇ ਦੋ, ਸਾਨੂੰ ਕੁਛ ਨਹੀਂ ਚਾਹੀਦਾ। ਆ ਵੇਖੋ ਸਭ ਕੁਛ ਤੇ ਬਣਿਆ ਸਾਡਾ, ਦੱਸੋ ਕਰੋ ਗੱਲ ਫੇਰ। ਕੋਈ ਨਹੀਂ, ਅਸੀਂ ਇਹਨਾਂ ਦੇ ਨਾਲ ਹੀ ਸਹਿਮਤ ਹੋਵਾਂਗੇ, ਜਿੱਦਾਂ ਇਹ ਆਉਂਦੇ ਅਸੀਂ ਉਦਾਂ ਹੀ ਕਰ ਲੈਂਦੇ ਆ, ਤਾਂ ਕੀ ਆ। ਰੋਜ਼ ਰੋਜ਼ ਮਹਿੰਗੇ ਖਰਚੇ ਚੰਗੇ। ਚਲੋ ਕੋਈ ਨਹੀਂ ਕੋਈ ਨਹੀਂ, ਜਿੱਦਾਂ ਤੁਸੀਂ ਆਖੋਗੇ ਅਸੀਂ ਉਦਾਂ ਹੀ ਸਹਿਮਤ ਹਾਂ ਭੈਣ ਜੀ ਤੁਹਾਡੇ ਨਾਲ। ਚਲੋ ਵੇਖ ਲਓ, ਕਰ ਲਓ ਸਲਾਹ ਤੁਸੀਂ ਮੁੰਡਿਆਂ ਨਾਲ ਕੀ ਆਂਦੇ ਆ।
ਮੁੰਡਿਆਂ ਨੇ ਤੇ ਮੈਂ ਕੀਤੀ ਸੀ, ਮੈਂ ਕਿਹਾ ਘੜੀ ਦਾ ਨੀ ਮੇਰਾ ਪਤਾ ਹੈ। ਨਹੀਂ ਨਹੀਂ ਇੰਨੀ ਗੱਲ ਨਾ ਆਖੋ, ਇੰਨੀ ਗੱਲ ਨਾ ਆਖੋ। ਸੁੱਖ ਦਾ ਵੇਖਿਆ ਵਾ ਕਿਤੇ ਰਿਸ਼ਤਾ ਰੁਸ਼ਤਾ ਕਿ ਨਹੀਂ? ਅਜੇ ਨਹੀਂ ਅਜੇ, ਮੈਂ ਕਿਹਾ ਫਿਰ ਮੰਨਿਆ ਮਨਜੋਤ ਦਾ ਕਰਕੇ ਤੇ ਫਿਰ ਸੁੱਖ ਦਾ ਵੀ ਕਿਤੇ ਮੁੰਡਿਆਂ ਨੂੰ ਆਨੀ ਵੇਖੋ। ਆਹੋ ਇਹ ਤੇ ਹੈ ਹੀ, ਹੁਣ ਇੱਕੋ ਜੇ ਸੁੱਖ ਨਾ ਹੋਏ ਆ, ਇੱਕੋ ਜੇ ਹੋਏ ਤੇ ਚੱਲ ਇਹਦੇ ਵਿਚਾਰ ਫੇਰੇ ਦਵਾਂ ਤੇ ਮੇਰਾ ਧਿਆਨ ਹਟੂਗਾ ਹਟੂਗਾ। ਇਹ ਤੇ ਗੱਲ ਹੈ ਹੀ, ਜਿਹੜਾ ਕੰਮ ਹੋ ਜੇ ਉਹ ਚੰਗਾ ਭੈਣ ਜੀ, ਉਹ ਚੰਗਾ ਜਵਾਨ ਤੇ ਦੋਵੇਂ ਭੈਣ ਭਰਾ ਹੋਏ। ਹਾਂ ਠੀਕ ਆ, ਚਲੋ ਚੱਲ ਸਾਰੇ ਕੰਮ ਹੋ ਜਾਣੇ, ਕੋਈ ਨੀ ਮਾਲਕ ਤੁਹਾਨੂੰ ਤੰਦਰੁਸਤੀ ਬਖਸ਼ੇ, ਆ ਕੋਈ ਗੱਲ ਨੀ ਗੀ। ਚਲੋ ਉਹ ਸਤਿਗੁਰੀ ਆ। ਹਾਂਜੀ ਹਾਂਜੀ, ਘਰ ਜਾ ਕੇ ਕੋਈ ਨੀ ਕਰਕੇ ਨਾ ਸਲਾਹ ਨਿਆਣਿਆਂ ਸਿਆਣਿਆਂ ਨਾਲ, ਤਾਇਆ ਚਾਚਿਆਂ ਨਾਲ, ਫੇਰ ਤੁਹਾਨੂੰ ਫੋਨ ਤੇ ਦੱਸ ਦਿੰਨੇ ਆ। ਠੀਕ ਹਾਂਜੀ, ਤੇ ਪਰ ਨਾ ਹੁਣ ਬਹੁਤਾ ਚਿਰ ਨਾ ਪਾਇਓ। ਦੱਸੋ ਨਹੀਂ ਪਾਉਂਦੇ? ਬਹੁਤਾ ਚਿਰ ਕੀ ਪਾਉਣਾ ਵਾ, ਨਹੀਂ ਪਾਉਂਦੇ। ਅੰਦਰੇ ਆਣ ਕੇ ਚਾਹ ਪੀ ਲੋ, ਬਾਹਰ ਬੱਦਲ ਜਿਹਾ ਹੋਇਆ। ਜਿਹੜੀ ਤੁਹਾਡੀ ਪੜ੍ਹਾਈ ਦੀ ਗੱਲ ਆ, ਜੇ ਉਹਨੇ ਪੜ੍ਹਨਾ ਹੋਊਗਾ ਤਾਂ ਇੱਥੋਂ ਵੀ ਪੜ੍ਹ ਲੂਗੀ। ਆਹੋ ਇਹ ਤੇ ਗੱਲ ਸਹੀ ਆ, ਇਹ ਤੇ ਗੱਲ ਠੀਕ ਆ, ਸੁੱਖ ਨੇ ਜਾਣਾ ਤੇ ਉਹ ਵੀ ਨਾਲ ਚੱਲ ਜਾ ਕਰੋ, ਦੋਨੇ ਚੱਲ ਜਾ ਕਰਨਗੇ। ਆਹੋ ਤੇ ਤੁਸੀਂ ਪੜ੍ਹਾਈ ਦੀ ਨਾ ਚਿੰਤਾ ਕਰੋ ਇਹਦੀ। ਚਲੋ ਠੀਕ ਆ ਭੈਣ ਜੀ, ਜੇ ਇਹਨੇ ਪੜ੍ਹਨਾ ਚਾਹੁਣਾ ਵਾ। ਦੇਖ ਲੈ ਇਹਨਾਂ ਦੇ ਲੱਛਣ, ਸਾਰੀਆਂ ਗੱਲਾਂ ਮੈਂ ਤੁਹਾਡੀਆਂ ਸੁਣ ਲਈਆਂ ਵਾ। ਆਹੋ ਵਿਆਹ ਤੋਂ ਬਾਅਦ ਵੀ ਇਹਨੂੰ ਪੜ੍ਹਨ ਡਾ ਛੱਡਿਓ ਨਾ, ਤੇ ਮੈਂ ਚੌਂਕੇ ਚੜ੍ਹੀ ਰਿਹਾ ਕਰੂੰਗੀ ਗਰਮੀ ਦੇ ਵਿੱਚ। ਦੱਸ ਜਦੋਂ ਮੇਰੀ ਪੜ੍ਹਾਈ ਦਾ ਟਾਈਮ ਹੀ ਮੈਨੂੰ ਤਾਂ ਕਿਸੇ ਨੇ ਪੜ੍ਹਾਇਆ ਨੀ, ਉਹਨੂੰ ਇਹਨਾਂ ਨੇ PhD ਕਰਾਉਣੀ ਆ। ਕਹਿ ਕੇ ਹੀ ਜਾਵਾਂ ਹੁਣ ਗੁੱਸੇ ਦੀ ਮਾਰੀ। ਮਾਸੀ ਜੀ, ਹਾਂਜੀ ਆ ਜਾਓ ਅੰਦਰ ਚਾਹ ਪੀ ਲਓ। ਮੈਨੂੰ ਦੱਸਿਆ ਨੀ ਸੁੱਖ ਨੇ, ਹੁਣ ਦੱਸਿਆ ਸੀ। ਭੈਣ ਜੀ ਆ ਜਿਹੜੇ ਸਾਰੇ ਮਿਲੇ ਆ, ਨਾਮ ਮਨਜੋਤ ਨੂੰ ਮਿਲੇ ਆ? ਇਹ ਮਨਜੋਤ ਦੇ ਹੀ ਆ ਸਾਰੇ। ਅੱਛਾ ਅੱਛਾ, ਹਾਂ ਚੱਲਦੇ ਆ ਸਾਰੇ, ਸ਼ੁਕਰ। ਆਹੋ ਕਬੱਡੀ ਖੇਡਦਾ ਵਾ। ਹਾਂ ਠੀਕ ਠੀਕ ਵਾ। ਆ ਦੱਸਿਆ ਸੀ ਸੁੱਖ ਨੇ, ਇਹ ਕੀ ਇਹਨੂੰ ਤੇ ਭੈਣ ਜੀ ਕੈਂਠੇ ਵੀ ਬੜੇ ਮਿਲੇ। ਲੈ ਅੱਛਾ, ਫੇਰ ਤੇ ਕਰਮਾ ਭਾਗਾਂ ਵਾਲਾ ਵਾ, ਕੇ ਫੇਰ ਤੇ ਬੜੀ ਵਧੀਆ ਗੱਲ ਵਾ। ਕਿਰਪਾ ਵਾ, ਤੇ ਵੇਖਿਆ ਆਪਣੇ ਨਿਆਣੇ ਕੀ ਕਰਦੇ, ਸਕੂਲੋਂ ਮਿਲ ਜਾਂਦੇ ਔਰ ਰੇਬਨ ਚ ਪਾ ਕੇ ਤੇ ਇੰਨੇ ਕੋ ਕੀ ਉਹਨਾਂ ਨੂੰ ਕਹਿੰਦੇ ਟਿੱਕੇ ਜੇ, ਤੇ ਉਹ ਤੋਂ ਹੀ ਲੜਦੇ ਰਹਿੰਦੇ ਨਿਆਣੇ। ਦੋ ਉਹਦੇ ਆ ਗੁਰਜੋਤ ਦੇ, ਦੋ ਚਾਰ ਮਨਪ੍ਰੀਤ ਦੇ ਆ, ਇਹ ਮੇਰਾ ਵਾ, ਉੱਥੇ ਟੰਗਦਾ ਕੋਈ ਉੱਥੇ ਟੰਗਦਾ, ਇਦਾਂ ਹੀ ਕਰਦੇ ਰਹਿੰਦੇ ਆ। ਅੱਛਾ ਚਲੋ ਸ਼ੁਕਰ, ਮੈਨੂੰ ਵੇਲਾ ਕਮਰਾ ਮੈਡਲਾਂ ਨਾਲ ਭਰਿਆ ਭਰਿਆ ਵਾ, ਕੇ ਕਿੱਡੇ ਸੋਹਣੇ ਆ। ਪਰ ਇੱਕ ਗੱਲ ਹੈਗੀ ਆ, ਬੜਾ ਮਾਣ ਨਾਲ ਸੀਨਾ ਉੱਚਾ ਹੋ ਜਾਂਦਾ ਜਦੋਂ ਬੱਚੇ ਇਹਨਾਂ ਦਾ ਨਾਮ ਲੈ ਕੇ ਆਉਂਦੇ ਆ, ਲੈ ਕੇ ਆਉਂਦਾ ਬੜਾ ਖੁਸ਼ ਹੋਈਦਾ। ਇਦਾਂ ਇਦਾਂ ਹੀ ਆ, ਸਾਡੀ ਧੀ ਦੀ ਵੀ ਕਿਸਮਤ ਚੰਗੀ ਭੈਣ ਜੀ, ਏਡਾ ਸੋਹਣਾ ਸਾਨੂੰ ਪਰਿਵਾਰ ਮਿਲ ਗਿਆ ਵਾ ਬਾਬਾ ਨੇ ਤੇ। ਮੈਨੂੰ ਇਹ ਤੇ ਸਾਨੂੰ ਲੱਗਦਾ ਹੀ ਨੀ ਵੀ ਅਸੀਂ ਆਪਣੇ ਧੀ ਦੇ ਘਰ ਆਏ ਆ, ਏਦਾਂ ਲੱਗਦਾ ਹੀ ਨੀ। ਅਸੀਂ ਆਨੇ ਜਿਸ ਤਰ੍ਹਾਂ ਪਹਿਲਾਂ ਹੀ ਮਿਲਣ ਡੇ ਹੁੰਦੇ ਕਿਤੇ, ਅਸੀਂ ਝੱਟ ਹੀ ਹੁਣ ਆ ਜਾਇਆ ਕਰਨਾ। ਅੰਕਲ ਜੀ ਜੇ ਤੁਸੀਂ ਹੁਣ ਕਹਿ ਜਿੱਦਾਂ ਧੀ ਦਾ ਘਰ, ਹੁਣ ਫਿਰ ਮੇਰਾ ਵੀਰ ਜਿਹੜਾ ਮਨਪ੍ਰੀਤ ਨੂੰ ਫੋਨ ਲਾ ਲਿਆ ਕਰੇ ਇਹਦੇ ਤੇ, ਲਾ ਲਿਆ ਕਰੇ ਪੁੱਤ। ਮੈਂ ਤੇ ਮਨਪ੍ਰੀਤ ਨਾਲ ਕੀਤੀ ਸੀ ਗੱਲ,
ਲੈ ਮੇਰੇ ਫੋਨ ਤੇ ਗੱਲ ਕਰ ਲਿਆ ਕਰੂਗਾ। ਕੀਤੀ ਤੇ ਪਰ ਮਨਪ੍ਰੀਤ ਮੰਨਦੀ ਨਹੀਂ ਗੀ। ਕੋਈ ਨੀ, ਉਹਨੂੰ ਮੈਂ ਆਪੇ ਮਿਲਾ ਲੂੰਗੀ, ਇਦਾਂ ਹੀ ਕਰਦੀ ਰਹਿੰਦੀ ਉਹ ਤੇ। ਆਹੋ, ਉਹ ਆਂਦੀ ਮੰਮੀ ਮੈਨੂੰ ਸੰਗ ਲੱਗਦੀ ਨਹੀਂ। ਭਾਵੇਂ ਚਲੋ ਕਰ ਲਿਆ ਕਰਨ, ਪਰ ਮੇਰਾ ਮਨ ਨਹੀਂ ਵੀ ਚੱਲ ਅਜੇ ਕੱਚਿਆਂ ਕੁਆਰਿਆਂ ਕੰਮਾਂ 'ਚ ਨਾ ਹੀ ਕੋਈ ਗੱਲ ਹੋਵੇ ਤੇ। ਚੱਲ ਕੋਈ ਨੀ, ਝੱਲੀਆਂ ਮਾਰ ਦਿੰਦੀ ਐਵੇਂ ਹੀ। ਆਹਾ, ਫਿਰ ਕੀ ਹੈ ਵੀਰੇ, ਕੁਝ ਜਨੂੰ ਤੁਸੀਂ ਚੱਲ ਅੱਛਾ ਕੋਈ ਨੀ ਵੇਖ ਲਿਓ। ਚੱਲ ਜਾ ਜਾ ਕੇ ਤੇ ਚਾਹ ਪਾਣੀ ਲਿਆ ਉੱਥੇ। ਜੋ ਵੀ ਗੱਲ ਕਰਨੀ ਇਹਨਾਂ ਆਪੇ ਕਰ ਲੂਗੀ। ਮੇਰਾ ਮਨ ਇਹ ਹੁੰਦਾ ਭੈਣ ਜੀ ਵੀ ਫਿਰ ਇਸ ਤਰ੍ਹਾਂ ਫਿੱਕ ਜੀ ਨਿਕਲਦੀ ਹੈ, ਪਹਿਲਾਂ ਬੰਦਾ ਨਿਆਣੇ ਪਹਿਲਾਂ ਹੀ ਗੱਲਾਂ ਕਰਨ ਲੱਗ ਪੈਣ ਤੇ ਫਿਰ ਫਿੱਕ ਜੀ ਨਿਕਲਦੀ ਹੈ ਹਨਾ। ਹੋਰ ਤੇ ਗੱਲ ਕੋਈ ਨੀ, ਉਹ ਚੱਲ ਕੋਈ ਨੀ, ਹੁਣ ਅਸੀਂ ਕਰ ਲੈਣਾ ਵਾ ਵਿਆਹ, ਹੁਣ ਕਿਹੜੇ ਦਿਨ ਰਹਿ ਗਏ ਆ ਸਮਝੋ, ਦਿਨ ਮਿਥ ਲਈਏ ਤੇ ਵਿਆਹ ਕਰੀਏ ਤੇ ਆਖਾਂਗੇ ਮਨਪ੍ਰੀਤ ਨੂੰ। ਬਾਕੀ ਆਪੇ ਸੁੱਖ ਆਪਣੀ ਸਹੇਲੀ ਦੇ ਤੌਰ ਤੇ ਕਰ ਲੂਗੀ ਗੱਲ ਮਨਪ੍ਰੀਤ ਨਾਲ। ਮੰਮੀ ਕੰਮ ਲੱਭਣ ਤੇ ਡਿਆ ਵਾ, ਲੱਭ ਜੂਗਾ ਕੰਮ ਵੀ। ਕਦੋਂ ਲੱਭਣਾ ਵਾ, ਕਦੋਂ ਕਰਨਾ ਕੰਮ? ਕੁੜੀ ਤੇ ਮੈਂ ਵੇਖੀ ਆ ਤੇ ਕਰ ਲੈਣਾ ਉਹਦੇ ਨਾਲ ਹੀ ਵਿਆਹ। ਚਪੇੜ ਪਾਦੀ ਪੁੱਠੇ ਦਾ ਪੁੱਠੇ ਕੰਮ ਕਰਦਾ, ਤੂੰ ਇਹੋ ਕੰਮ ਕਰਦਾ ਰਿਹਾ ਤੇ ਮੈਨੂੰ ਨੀ ਪਤਾ ਹੈਗਾ ਵੀ ਕਰਦੀਆਂ ਭੈਣਾਂ ਵਾਲੇ ਆ, ਕੱਲ ਨੂੰ ਜੇ ਕਿਸੇ ਦੀ ਭੈਣ ਵਾਲਾ ਮਾੜਾ ਵੇਖਾਂਗੇ ਸਾਡੇ ਉਹਨਾਂ ਕੋਈ ਵੇਖੂਗਾ। ਸਾਰਾ ਕੁਝ ਹੋ ਜਾਂਦਾ ਜਦੋਂ ਕਰਨ ਤੇ ਬੰਦਾ ਆਵੇ। ਮੈਨੂੰ ਨੀ ਪਤਾ, ਤੂੰ ਕਰਨਾ ਕਰ ਲੈਣਾ, ਮੈਨੂੰ ਤਾਂ ਕੋਈ ਸਮਝ ਨੀ ਆਉਂਦੀ ਤੇਰੀ। ਉਹ ਹੋ ਜਾਊਗਾ, ਤੂੰ ਆਨਾ ਹੋ ਜਾਊਗਾ, ਹੋ ਕਰਨਾ ਜਾਊਗਾ, ਕੁੜੀ ਦਾ ਮਾਂ ਪਿਓ ਮੰਨਦਾ ਵਾ। ਉਹ ਨਾ ਮੰਨਿਆ ਤੇ ਨਾ ਸਹੀ, ਨਹੀਂ ਤੇ ਫਿਰ ਦੂਜੀ ਤਰ੍ਹਾਂ ਲੈ ਆਵਾਂਗੇ। ਦੱਸ ਆ ਪੁੱਠੇ ਕੰਮ ਇੱਕ ਗੱਲ ਕਰਨ ਨੂੰ ਤੂੰ ਹੀ ਲੱਗਿਆ, ਕਿਉਂ ਇਹੋ ਜਿਹੇ ਕੰਮ ਕਰਨੇ ਆ? ਤੇ ਜਦੋਂ ਨਾ ਕੋਈ ਸੀ ਤੇ ਬਾਡੀ ਟੱਪ ਕਰਕੇ ਤੈਨੂੰ ਕੋਈ ਨਹਿਰੇ ਪਾ ਦੂ, ਫੇਰ ਤੈਨੂੰ ਪਤਾ ਲੱਗਾ। ਕਿਤੇ ਨਹੀਂ ਕੋਈ ਪਾਉਣ ਲੱਗਾ ਮੰਮੀ, ਤੂੰ ਡਰ ਹੀ ਰਿਹਾ ਕਰ। ਡਰਦੀ ਤਾਂ ਡਰ ਵੀ ਤੇ ਸੱਚੇ ਹੀ ਆ, ਕੋਈ ਝੂਠੇ ਥੋੜੀ ਆ, ਕੁਛ ਨਹੀਂ ਹੁੰਦਾ। ਆਹੋ ਬੜਾ ਲੋਕੀ ਕਰਾਉਂਦੇ ਨਹੀਂ ਆ। ਤੇ ਕਹਣਾ ਤੂੰ ਵਿਆਹ ਕਰ ਲੈਣੇ? ਉਹ ਮੈਂ ਮਾਤਾ ਪਹਿਲਾਂ ਹੀ ਆਖਿਆ ਵਾ ਵੀ ਹੋ ਜਾਣਾ ਹੁੰਦਾ ਸਾਰਾ ਰੇਂਜ। ਰੇਂਜ ਕਮਾਈ ਕਰੇਗਾ ਪੁੱਤ, ਫੇਰ ਹੀ ਰੇਂਜ ਹੋਊਗਾ। ਬਗਾਨੀ ਧੀ ਨੂੰ ਲਿਆ ਕੇ ਖਵਾਲਣਾ ਕੀ ਆ? ਖਵਾਲ ਨੂੰ ਮੈਂ ਪਤਾ ਕਿੰਨੇ ਖਰਚੇ ਵਧਦੇ ਆ। ਖਰਚੇ ਵਧਦੇ, ਖਰਚੇ ਵਧਦੇ, ਕੋਈ ਗੱਲ ਬਸ ਖਰਚੇ ਵਧਦੇ। ਜਿਹੜੀ ਪੈਲੀ ਆ ਉਹ ਕਿੱਧਰ ਜਾਣੀ? ਤੇ ਪੈਲੀ ਇਸੇ ਕੰਮ ਨੂੰ ਹੀ ਆ, ਕੰਮ ਕਰੋ ਜਿਹੜਾ ਕੰਮ ਕਰਨ ਵਾਲਾ। ਕਰਦੇ ਆ ਕੰਮ, ਸਾਰੇ ਕੰਮ ਤੋਂ ਮੈਂ ਹੀ ਕਰਦੇ ਆ ਤੇ ਅੱਗੇ ਵੀ ਮੈਂ ਹੀ ਕਰਨੇ ਆ। ਆਹੋ ਕਰਨੇ ਆ, ਪਰ ਕੰਮ ਧੰਦਾ ਲੱਭ ਪਹਿਲਾਂ, ਫੇਰ ਵਿਆਹ ਦਾ ਸੋਚੀ। ਲੱਭ ਲਓ ਮੈਂ। ਬਲਜੀਤ ਕਿੱਥੇ ਗਈ ਰਘਵੀਰ? ਦੇਣ ਨੀ ਡਈ ਹੁਣ? ਇੱਥੇ ਆਂਟੀ ਆ, ਉਹਨੇ ਕਿੱਥੇ ਜਾਣਾ? ਅੱਛਾ, ਤੇ ਉਹਨੂੰ ਵੀ ਆਵਾਜ਼ ਮਾਰ ਲਓ, ਆ ਜਾਓ ਫਿਰ, ਅਸੀਂ ਤੇ ਚੱਲ ਜਾਣਾ ਵਾ, ਘੜੀ ਗੱਲਾਂ ਬਾਤਾਂ ਕਰ ਲਈਏ। ਕੋਈ ਨੀ, ਬੁਲਾਉਣਾ। ਮਾਰ ਲਓ ਆਵਾਜ਼। ਚੌਂਕੇ ਚੋਂ ਮੈਨੂੰ ਲੱਗਦਾ ਉਧਰ ਨੂੰ ਚਲ ਗਈ ਕਮਰੇ ਵੱਲ ਨੂੰ ਜਿੱਦਾਂ। ਪਤਾ ਵਾ ਮੈਨੂੰ, ਚਾਹ ਪਾਣੀ ਚਾਹ ਪਾਣੀ ਮੈਂ ਪਿਆਲ ਕੇ ਆਈ ਆ। ਤੂੰ ਹੀ ਪਿਆਲ ਕੇ ਪੁੱਛਣ ਜਾ ਕੇ ਬਲਜੀਤ ਕਿੱਥੇ? ਮੈਂ ਇੱਥੇ ਹੀ ਆ।
ਉਹਨਾਂ ਸਾਹਮਣੇ ਤੇ ਤੁਰੀ ਫਿਰਨੀ, ਹੁਣ ਮੈਂ ਥੱਕ ਗਈ ਗਰਮੀ ਗੋੜ ਗੋੜ ਮੁੜਕਾ ਆਇਆ ਤੇ ਇੱਥੇ ਮੈਂ ਲੰਮੀ ਪੈ ਗਈ ਆਣ ਕੇ। ਮੈਂ ਤਾਂ ਕਹਿੰਨੀ ਆ ਵੀ ਵੱਡੇ ਹੋਣ ਦਾ ਕੋਈ ਫਾਇਦਾ ਨਹੀਂ ਆ, ਸਭ ਤੋਂ ਪਹਿਲਾਂ ਆਣ ਕੇ ਨਾ ਪਵਾੜਾ ਹੀ ਪਾ ਲਈਦਾ, ਕੋਈ ਵੀ ਆ ਗਿਆ ਕੱਢੋ ਪਕੌੜੇ, ਕੋਈ ਵੀ ਆ ਗਿਆ ਕੱਢੋ ਪਕੌੜੇ, ਬਸ ਆਹੋ ਕੁਛ ਮੇਰੇ ਕਰਮਾਂ ਚ ਰਹਿ ਗਿਆ। ਸਭ ਤੋਂ ਮਗਰੋਂ ਵਿਆਹ ਤੁਹਾਡਾ ਹੋਣਾ ਚਾਹੀਦਾ ਸੀ। ਕੋਈ ਹੱਥ ਨੂੰ ਹੱਥ ਹੀ ਆ, ਜੇ ਤੂੰ ਕਰਨੀ ਹੈ ਨਾ ਕੱਲੂ ਉਹਨੇ ਵੀ ਤੇਰਾ ਕਰਨਾ ਹੀ ਆਣ ਕੇ। ਮੇਰਾ ਕਿਹਨੇ ਕੀ ਕਰਨਾ, ਜਦੋਂ ਤੇਰਾ ਮਾਂ ਪਿਓ ਗਾ ਉਹ ਆਪੇ ਨਿੱਕੀ ਪਕੌੜੇ ਕੱਢਿਆ ਕਰੂਗੀ। ਹਾਂ ਬਹੁਤ ਕੱਢਦੀਆਂ ਵਾ, ਫਿਰ ਨੀ ਕੋਈ ਯਾਦ ਰੱਖਦਾ। ਉਹ ਸਾਰੇ ਯਾਦ ਰੱਖਦੇ ਆ, ਤੂੰ ਐਡੀ ਟੈਨਸ਼ਨ ਨਾ ਲੈ ਕਰ ਤੇ ਆ ਉੱਥੇ ਬਈਏ, ਬੁਰੇ ਲੱਗੀਦਾ ਵਾ। ਕਿਦੇ ਨੂੰ ਬੁਰੇ ਲੱਗੀਦਾ, ਨਾਲੇ ਤੁਸੀਂ ਕਹਿਣੀ ਮੇਰੀਆਂ ਮੰਨਣੀਆਂ ਕਰਨੀਆਂ ਤੇ ਤੁਸੀਂ ਆਪਣੀਆਂ ਸਲਾਹਾਂ, ਨਾਲੇ ਮੇਰਾ ਉੱਥੇ ਕੀ ਕੰਮ ਆ, ਕੰਮ ਤੁਹਾਡਾ ਵਾ, ਤੁਹਾਡੀ ਭੈਣ ਦਾ ਵਾ ਤੇ ਜਾਂ ਤੁਹਾਡੇ ਨਿੱਕੇ ਭਰਾ ਦਾ, ਮੇਰਾ ਉੱਥੇ ਕੀ ਕੰਮ ਵਾ। ਤੇਰਾ ਵੀ ਉਨਾ ਹੀ ਕੰਮ ਆ ਜਿੰਨਾ ਸਾਡਾ ਵਾ, ਤੂੰ ਐਵੇਂ ਗਲਤ ਫਹਿਮੀਆਂ ਪਾਲ ਕੇ ਰੱਖੀ ਆਪਣੇ ਮਨ ਚ। ਮੈਂ ਕੋਈ ਗਲਤ ਫਹਿਮੀਆਂ ਨਹੀਂ ਪਾਲੀਆਂ, ਜਿਹੜੀ ਮੈਂ ਗੱਲ ਕਹਿੰਦੀ ਉਹ ਤਾਂ ਤੁਸੀਂ ਕਦੀ ਮੰਨੇ ਨਹੀਂ, ਇਹ ਬੜੀ ਮੰਨਣ ਲੱਗੇ। ਉੱਥੇ ਕੋਈ ਸਲਾਹ ਲੈਣੀ ਮੇਰੀ? ਆਹ ਬਹਿ, ਉਹਨੇ ਕੋਈ ਗੱਲਬਾਤ ਕਰਨੀ ਤਾਂ ਇਹਨੂੰ ਕਹਿ ਕੇ ਆਵਾਜ਼ ਮਾਰ ਕੇ ਬਲਜੀਤ ਨੂੰ। ਹਾਂ ਤੇ ਜਿਹੜੀ ਕੋਈ ਮੈਂ ਗੱਲ ਕਹੀ ਉਹ ਤੁਹਾਨੂੰ ਇੱਕ ਸਾੜਾ ਪੈ ਜਾਣਾ ਉਹ ਗੱਲ ਦਾ, ਵੀ ਇਹ ਗੱਲ ਤੂੰ ਕਹੀ ਤੇ ਕਹੀ ਕਿੱਦਾਂ, ਉਹਨਾਂ ਦੇ ਮਗਰੋਂ ਜੂ ਪੁਣ ਕੇ ਮੇਰੇ ਦਿਵਾਲੇ ਹੋਣਾ, ਇਹਨੂੰ ਚੰਗਾ ਮੈਂ ਇੱਥੇ ਬੈਠੀ ਰਹਿਨੀ। ਸੜੂ ਕੁਝ ਬਾਅਦ ਚ ਕਰਨੀ, ਆ ਜਾ ਚੱਲ ਗਈ ਬੁਰੇ ਲੱਗੀ ਜਾ। ਚਲੋ ਸਿਆਪਾ ਖਾਨਾ ਪੜਨਾ ਨਹੀਂ ਹੁੰਦਾ, ਚੰਗੀ ਭਲੀ ਲੰਮੀ ਪਈ ਸੀ। ਭੈਣ ਜੀ ਮੈਂ ਆਖਣ ਡਈ ਆ ਵੀ ਹੁਣ ਜਿੱਦਣ ਅਸੀਂ ਕੱਪੜੇ ਕੁਪੜੇ ਬਣਾਉਣ ਜਾਣਾ ਵਾ ਤੇ ਮਨਜੋਤ ਨੂੰ ਭੇਜ ਦਿਓ ਜਾਂ ਤੁਸੀਂ ਨਾਲ ਆ ਜਿਓ। ਨਹੀਂ ਮੈਂ ਤਾਂ ਨਹੀਂ ਨਾਲ, ਤੁਸੀਂ ਬਣਾ ਲਿਓ, ਚਲੋ ਕੋਈ ਗੱਲ ਨਹੀਂ। ਨਹੀਂ ਭੈਣ ਜੀ ਹੁਣ ਨਾ ਆਪਣੇ ਪਸੰਦ ਦੇ ਨਿਆਣੇ ਲੀੜੇ ਬਣਾਉਂਦੇ, ਜਿੱਦਾਂ ਮਨਪ੍ਰੀਤ ਦਾ ਲਹਿੰਗਾ ਤੇ ਮੁੰਡੇ ਦੀ ਪਰੌਣੇ ਦੀ ਪੱਗ ਮਨਜੋਤ ਦੀ, ਏਦਾਂ ਕਰਕੇ ਮੈਚਿੰਗ ਸੂਟ ਬੜੇ ਚੱਲਦੇ ਆ। ਹੁਣ ਖਰਚਾ ਨਾ ਤੁਸੀਂ ਬਹੁਤਾ ਕਰਿਓ। ਨਹੀਂ ਖਰਚਾ ਤਾਂ ਨਹੀਂ ਚੱਲ ਬਹੁਤਾ ਕਰਦੇ, ਪਰ ਫਿਰ ਤੁਸੀਂ ਘਲਾ ਦਿਓ ਇਹਨਾਂ ਨੂੰ, ਭਾਵੇਂ ਬਲਜੀਤ ਨੂੰ ਘਲਾ ਦਿਓ, ਜਿਹੜਾ ਮਰਜ਼ੀ ਨਾਲ ਆ ਜਾਵੇ। ਨਹੀਂ ਨਹੀਂ ਮਾਸੀ ਜੀ ਮੈਂ ਭੈਣ ਭਰਾ ਹੀ ਆ ਜਾਣਗੇ। ਨਹੀਂ ਮੈਂ ਕੀ ਕਰਨਾ, ਨਾਲੇ ਚੰਗਾ ਵਾ ਕਿ ਪਸੰਦ ਦੇ ਸੂਟ ਚਾਹੀਦੇ ਵੀ ਆ, ਅੱਜ ਕੱਲ ਤੇ ਪਸੰਦ ਦੇ ਪਾਉਂਦੀਆਂ ਕੁੜੀਆਂ, ਉਹ ਰਿਵਾਜ ਵਾ ਹੁਣ। ਆਹੋ ਮੇਰੀ ਵਾਰੀ ਤੇ ਮਾਸੀ ਜੀ ਇਦਾਂ ਹੀ ਹੋਇਆ ਵੀ ਮੇਰੇ ਮਾਂ ਪਿਓ ਵੀ ਰਿਵਾਜ ਉਦੋਂ ਹੋਰ ਸੀ ਤੇ ਉਦੋਂ ਕਹਿੰਦੇ ਵੀ ਨਹੀਂ ਜਾਣਾ ਨਹੀਂ ਜਾਣਾ, ਤੇ ਮੈਨੂੰ ਤੇ ਬਥੇਰਾ ਕਹਿੰਦੇ ਸੀ ਮੰਮੀ ਹੁਣੀ ਵੀ ਆ ਜਾ, ਤੇ ਮੈਂ ਆਖਿਆ ਚੱਲ ਆਪਣੀ ਮਰਜ਼ੀ ਦਾ ਬਣਾ ਲੈਣਗੇ, ਜਿੱਦਾਂ ਦੇ ਗਾੜੇ ਗਾੜੇ ਸੂਟ ਅੱਜ ਕੱਲ ਚੱਲਦੇ ਆ, ਜਿੱਦਾਂ ਦਾ ਇੱਕ ਵੇਖਿਆ ਦੁਪਹਿਰ ਖਿੜੀ ਨੂੰ ਲੱਗਾ ਹੁੰਦਾ ਵਾ ਗੁਲਾਨਾਰੀ ਰੰਗ ਦਾ, ਇੱਕ ਮੈਂ ਉਹ ਤੇ ਪੋਤੇ ਹੀ ਤੇਰੇ ਬੜੇ ਸੋਹਣੇ ਸੀ ਮੰਮੀ, ਪਰ ਉਹਨਾਂ ਰੰਗਾਂ ਨਾਲ ਤੇ ਰਲਦੇ ਨਹੀਂ, ਇੱਕ ਨਾਭੀ ਰੰਗ ਹੁੰਦਾ ਕਿੱਡਾ ਸੋਹਣਾ, ਸਿਲਕ ਦਾ ਮੈਂ ਚਾਹੁੰਦੀ ਸੀ ਵੀ ਸਿਲਕ ਦਾ ਸੂਟ ਬਣਾਉਣ, ਨਾਭੀ ਰੰਗ ਦਾ ਚੂੜਾ ਪਾਇਆ ਹੋਵੇ ਤੇ ਗਾੜੇ ਗਾੜੇ ਰੰਗ ਸੋਹਣੇ ਲੱਗਦੇ। ਹਾਂ ਨਵੇਂ ਨਵੇਂ ਪੋਤੇ ਆ ਚੱਲ ਨਹੀਂ ਮਨਪ੍ਰੀਤ ਦੇ ਖਰੀਦਣੇ ਆ ਤੇ ਨਾਲ ਤੂੰ ਵੀ ਵਾਰੀ ਬਣਾ ਲਈ ਆਪਣੀ। ਹਾਂ ਨਾਲ ਹੀ ਤੂੰ ਬਣਾ ਲਈ ਆਪਣੇ ਜਾਂ ਆਪਣੀ ਮਰਜ਼ੀ ਦੇ ਬਣਾ ਲਈ। ਮੰਮੀ ਉਹਦੇ ਚ ਤੇ ਉਦੋਂ ਚ ਤੇ ਹੁਣ ਚ ਮੇਰੇ ਚ ਕੋਈ ਫਰਕ ਨਹੀਂ, ਉਦੋਂ ਮੈਂ ਜਾਂ ਚੂੜਾ ਪਾਇਆ ਹੋਣਾ ਹੀ ਜਾਂ ਮੇਰੇ ਚ ਉਦੋਂ ਪੂਰੀ ਜਵਾਨੀ ਬੰਦੇ ਦਾ ਮੂੰਹ ਮਾਂ ਦਾ ਫਰਕ ਪੈ ਹੀ ਜਾਂਦਾ। ਨਹੀਂ ਹੁਣ ਵੀ ਤੂੰ ਚੰਗੀ ਨਹੀਂ, ਤੂੰ ਹੁਣ ਕਿਹੜੀ ਬੁੱਢੀ ਲੱਗਦੀ, ਚੂੜੀ ਦੀ ਕਿਹੜੀ ਗੱਲ, ਤੂੜਾ ਫੇਰ ਪਾ ਲਈ ਮਖੌਲ ਕਾਂਡੇ ਦੇ ਮੈਨੂੰ, ਉਦਾਂ ਮੈਂ ਕਹਿੰਦੀ ਵੀ ਕੀ ਗੱਲ ਤੂੰ ਆਪਣਾ ਹੀ ਜੋ ਮਰਜ਼ੀ ਪਾ ਲਓ, ਪਰੋਣੇ ਸਾਹਮਣੇ ਤੇ ਚੁੱਪ ਕਰ ਜਾ ਕਰੋ, ਉਦਾਂ ਮੈਂ ਕਹਿੰਦੀ ਵੀ ਭੁਸਲੇ ਭੁਸਲੇ ਜੇ ਰੰਗ ਹੀ, ਕੋਈ ਵੀ ਗਾੜਾ ਰੰਗ ਨਹੀਂ ਜਿੱਦਾਂ ਦੇ ਮੈਨੂੰ ਚਾਹੀਦੇ ਸੀ। ਮੈਂ ਤੇ ਮਨ ਚ ਬੜੀਆਂ ਰੀਝਾਂ ਲੈ ਕੇ ਆਈ ਵੀ ਕੋਈ ਨਾਭੀ ਹੋਊ, ਕੋਈ ਗੁਲਾਨਾਰੀ ਹੋਊ, ਕੋਈ ਕੁੱਕੜ ਕਲਗੀ ਵਰਗਾ ਹੋਊ, ਕਿੰਨਾ ਰਾਣੀ ਕਲਰ, ਉਹ ਵੀ ਕਿੰਨਾ ਸੋਹਣਾ। ਮਨਪ੍ਰੀਤ ਤੇਰੇ ਚ ਕੀ ਫਰਕ ਵਾ, ਤੁਸੀਂ ਜਿੱਦਣ ਆਉਣਾ ਵਾ ਤੇ ਮੈਂ ਤੈਨੂੰ ਬਣਾ ਦੂੰਗੀ, ਹੋਰ ਦੋਸਤ ਉਹ ਯਹੀ ਬਣਾਦਾ ਕਿ ਮਨਪ੍ਰੀਤ ਵੀ ਅੱਡੀ ਧੀ ਹੈ, ਤੂੰ ਵੀ ਅੱਡੀ ਧੀ ਆ, ਸਾਰਿਆਂ ਨੂੰ ਬਣਾ ਦੂੰਗੀ, ਬਣਾਵਾਂਗੇ ਕੋਈ ਗੱਲ ਨਹੀਂ। ਨਹੀਂ ਨਹੀਂ ਬਣਾਵਾਂਗੇ, ਨਹੀਂ ਆ ਉਹ ਤਾਂ ਬਣਾਉਣੇ ਆ, ਬਣਾਉਣੇ ਆ ਤੇ ਸਗੋਂ ਤੁਹਾਡੀ ਪਸੰਦ ਦੇ ਬਣ ਜਾਣੇ ਆ ਵੀ ਨਾਲ ਆ ਜੀ, ਤੂੰ ਆਪਣੇ ਮਨ ਪਸੰਦ ਦੇ ਰੰਗ ਆਪਣੇ ਪਸੰਦ ਕਰਦੀ ਤੇ ਸਗੋਂ ਮਨਪ੍ਰੀਤ ਦੇ ਵੀ ਪਸੰਦ ਕਰ ਲਿਓ, ਪਸੰਦ ਕਰ ਲਿਓ ਰਲ ਮਿਲ ਕੇ। ਨਹੀਂ ਨਹੀਂ ਮਾਸਟਰ ਜੀ ਇਦਾਂ ਚੰਗੇ ਥੋੜੀ ਲੱਗੀਦਾ ਵਾ, ਕੋਈ ਨਹੀਂ ਮੈਂ ਇੱਥੇ ਦੋ ਸੂਟ ਬਣਾ ਲੈਣੇ ਆ, ਪਰੀ ਬਣਾਉਣੀ ਆ ਤੇ ਤੁਸੀਂ ਮਨਪ੍ਰੀਤ ਨੂੰ ਵੀ ਕਲਾ ਦਿਓ ਆਪਣੀ ਪਸੰਦ ਦੀ ਬਣਾ ਲਈ। ਆਹੋ ਚੱਲ ਨਹੀਂ ਤਾਂ ਮੈਂ ਕੀ ਆ ਉੱਥੇ ਇੱਕੇ ਥਾਂ ਹੀ ਜਿੱਥੇ ਬਣਾਉਣੇ ਉੱਥੇ ਇੱਕੇ ਥਾਂ ਹੀ ਇਕੱਠੇ ਹੋ ਜਿਓ।
ਉਹਨੇ ਫੋਨ ਕਰ ਦਿੱਤਾ ਨਾਲੇ ਇਹਨਾਂ ਵਿੱਚ ਕਈ ਵਾਰੀ ਕੀ ਹੁੰਦਾ ਵੀ ਕੁੜੀ ਵਾਲੇ ਵੀ ਸੂਟ ਬਣਾ ਲਈਦੇ ਮੁੰਡੇ ਵਾਲੇ ਵੀ ਉਦੋਂ ਰਲ ਜਾਂਦੇ ਕਈ ਵਾਰੀ ਹਾਂਜੀ ਹਾਂਜੀ ਹਾਂ ਨਹੀਂ ਇੱਕੋ ਥਾਂ ਬਣਾ ਲਏ ਉਹਨਾਂ ਨੇ ਬਾਬਾ 15-16 ਸੂਟ ਖਰੀਦਣੇ ਇੱਕੋ ਜੇ ਨਾ ਹੋਣਗੇ ਮੇਰੇ ਕੋਲ ਤੇ ਇੱਕੋ ਜੇ ਹੋ ਗਏ ਸਾਰੇ ਅੱਧੇ ਮੈਂ ਉਹੀ ਅਸੀਂ ਧੀ ਬਣਾ ਕੇ ਲਿਆਉਣੀ ਇਹ ਵੀ ਸਾਡੀ ਧੀ ਆ ਤੇ ਤੁਸੀਂ ਆਪਣੀ ਪਸੰਦ ਦੇ ਤੂੰ ਵੀ ਬਣਾ ਲਈ ਜਿੰਨੇ ਤੇਰਾ ਜੀ ਕਰੂਗਾ ਬਣਾ ਲਈ ਆਹ ਤੇ ਹੋਰ ਤੂੰ ਆਪਣੀ ਪਸੰਦ ਦੇ ਬਣਾ ਲਈ ਜੇ ਨਹੀਂ ਬਾਕੀ ਪੁੱਤ ਟਾਈਮ ਟਾਈਮ ਨਾਲ ਸੂਟ ਵੀ ਸੋਹਣੇ ਲੱਗਦੇ ਹੁਣ ਜਿੱਦਾਂ ਵਿਆਹ ਸ਼ਾਦੀ ਹੋਣਗੇ ਬਲਜੀ ਤਾਂ ਕੂੜੇ ਰੰਗ ਵਿਆਹਾਂ ਚ ਪੈ ਜਾਂਦੇ ਆ ਨਹੀਂ ਹੁਣ ਮਾਸੀ ਮੈਂ ਆਪਣੀ ਪੂਰੀਆਂ ਰੀਝਾਂ ਲਾਉਣੀਆਂ ਇੱਕ ਤੇ ਨਾਭੀ ਰੰਗ ਦਾ ਬਣਾਉਣਾ ਇੱਕ ਗੁਲਾਂ ਦਾ ਵੀ ਬਣਾਉਣਾ ਤੇ ਇੱਕ ਬਣਾਉਣਾ ਕਾਲਾ ਆਹੋ ਤੇ ਜਿਹੜੇ ਵੀ ਪਤਾ ਲੱਗੇ ਵੀ ਭਰਜਾਈ ਆਈ ਆ ਵਿਆਹ ਜਿੱਥੇ ਵੀ ਜਾਓਗੇ ਦੋਵੇਂ ਦਰਾਣੀ ਜਠਾਣੀ ਜਾਓਗੇ ਨਾਲੇ ਚਲੋ ਲੋਕੀ ਵੀ ਕਹਿਣਗੇ ਭੈਣ ਭਰਾ ਵੀ ਭੈਣ ਜੀ ਨੇ ਨੋਹਾਂ ਨਹੀਂ ਆ ਤੀਆਂ ਬਣਾ ਕੇ ਰੱਖੀਆਂ ਨਹੀਂ ਮਾਸੀ ਕਿ ਤੁਹਾਨੂੰ ਵੀ ਬੇਨਤੀ ਆ ਨਾ ਹਾਂਜੀ ਜਦੋਂ ਬਰਾਤ ਜਾਣੀ ਆ ਨਾ ਤੁਸੀਂ ਬੈਨਰ 3-4 ਬਣਾ ਕੇ ਰੱਖਣੇ ਆ ਕੀ ਕਰਨੂੰ ਉਹਦੇ ਉੱਤੇ ਲਿਖਣਾ ਭਾਬੀ ਜੀ ਅੱਛਾ ਜਿੱਥੇ ਬਲਜੀਤ ਨੇ ਬਣਾ ਉਹਦੇ ਮਗਰ ਟੰਗ ਦੇ ਮਸਾ ਰੱਖ ਵੀਰ ਤੂੰ ਨਾ ਇਤਰਾ ਮਖੌਲ ਨਾ ਕਰਿਆ ਉਹਦੇ ਪਛਾਣਾ ਜੀ ਭਾਬੀ ਹੈ ਨਹੀਂ ਮੈਨੂੰ ਚੇਤਾ ਇਸ ਕਰਕੇ ਲਿਆਂਦਾ ਵੀ ਮੈਨੂੰ ਤੁਸੀਂ ਮਖੌਲ ਕਰੋ ਉਹ ਗੱਲਾਂ ਮਤ ਨਹੀਂ ਕਰ ਮਖੌਲੀ ਲੱਗਦੇ ਆ ਇਹ ਵੀ ਸਾਡੀ ਮਨਪ੍ਰੀਤ ਦਾ ਬਾਬਾ ਜੀ ਲੱਗਾ ਰਿਹਾ ਇਹਨਾਂ ਦੇ ਇਹ ਰੌਣਕੀ ਪਰਿਵਾਰ ਮਿਲ ਗਿਆ ਹੀ ਹਾਂ ਵਧੀਆ ਮਿਲ ਗਿਆ ਸਭ ਇਹਦਾ ਮਸ ਜੀ ਹੱਸ ਕੇ ਜੇ ਟਾਈਮ ਪਾਸ ਹੋ ਜਾਂਦਾ ਵਾ ਕੇ ਲੈ ਜਾਣਾ ਦੁਨੀਆ ਤੋਂ ਇਹਦਾ ਜਿਹੜਾ ਦੁਨੀਆ ਤੋਂ ਤੇ ਚੱਲੀਏ ਦੰਦਰ ਹੁਣ ਤੁਹਾਨੂੰ ਫਿਰ ਫੋਨ ਤੇ ਗੱਲ ਕਰ ਲਾਂਗੇ ਤੇ ਤੁਸੀਂ ਇਧਰੋਂ ਆ ਜਾਓ ਤੁਸੀਂ ਉਧਰੋਂ ਆ ਜਾਗੇ ਤੇ ਉੱਥੇ ਕੱਪੜੇ ਬਣਾ ਲਾਂਗੇ ਠੀਕ ਕੋਈ ਨੀ ਜਦੋਂ ਸਲਾਹ ਕਰ ਲਾਂਗੇ ਹੁਣ ਤੇ ਸਾਡੀ ਦੋਵਾਂ ਮੈਂ ਚੰਗਾ ਮੈਨੂੰ ਤੇ ਬਹੁਤ ਵਧੀਆ ਲੱਗਾ ਪਰਿਵਾਰ ਖੁੱਲੇ ਸੁਭਾਅ ਦਾ ਕੋਈ ਮੇਰ ਤੇਰ ਕਰਦੇ ਹੀ ਨਹੀਂਗੇ ਤੁਸੀਂ ਸ਼ੁਕਰ ਆ ਮਾਲਕ ਦੀ ਘੜੀ ਨੂੰ ਜਦੋਂ ਵੀ ਮਿਲਣ ਆਉਣਾ ਸਾਰੇ ਪਰਿਵਾਰ ਨੇ ਆਇਆ ਕਰਨਾ ਲਾਗੇ ਛਾਗੇ ਦੇ ਲੱਗ ਜਾਇਆ ਕਰਨ ਵੀ ਮਨਪ੍ਰੀਤ ਦੇ ਸਹੁਰੇ ਤੋਂ ਸਾਰੇ ਆਏ ਆ ਇਦਾਂ ਕੋਈ ਨੀ ਕੋਈ ਚੀਜ਼ਾਂ ਦੇ ਗੱਡੀਆਂ ਦੇ ਫਾਇਦੇ ਹੁੰਦੇ ਆ ਵੀ ਆਪਣਾ ਪਰਿਵਾਰ ਬਹਿ ਕੇ ਚੱਲ ਜਾਂਦਾ ਵਾ ਚੱਲੀਏ ਦੰਦਰ ਹਾਂ ਚਲੋ ਚਲੋ ਉੱਠੋ ਚੱਲ ਜਾਣਾ ਫਿਰ ਆਹ ਚੱਲੀਏ ਹੁਣ ਫਿਰ ਕੀ ਬਣ ਗਿਆ ਇਹ ਕੀ ਕਰਦਾ ਮੁੰਡਾ ਇਹੋ ਕੁਛ ਹੈਗਾ ਸੀ ਇਹ ਹੁਣ ਹੱਥਾਂ ਚੋਂ ਨਿਕਲ ਗਿਆ ਵਾ ਕੀ ਕਰਾਂ ਪੜ੍ਹਨ ਜਾਂ ਕਲਾਉਂਦੇ ਹਾਂ ਤੇ ਉੱਥੇ ਆਸ਼ਕੀਆਂ ਹੀ ਕਰਦਾ ਰਹਿ ਗਿਆ ਹਾਏ ਰੱਬਾ ਮੈਂ ਕੀ ਕਰਾਂ ਮੈਂ ਇਹਦੇ ਮਾਮਿਆਂ ਨੂੰ ਸੱਦਦੀ ਹਾਂ ਅਤੇ ਇਹਨੂੰ ਕੰਜਰ ਨੂੰ ਕੋਈ ਸਮਝਾ ਸਮਝੂ ਕੇ ਜਾਣ ਬੜੀ ਪਰੇਸ਼ਾਨੀ ਲਾਈ ਆ ਉਹ ਹੋ ਲਾਦ ਬਣਾ ਗੰਦੀ ਕਿਸੇ ਦੀ ਨਿਕਲੇ ਰੱਬਾ ਬੜੀ ਪਰੇਸ਼ਾਨੀ ਆ ਕੀ ਕਰੇ ਤੇਰਾ ਦਿਮਾਗ ਖਰਾਬ ਤੇਰਾ ਤੈਨੂੰ ਉੱਥੇ ਸੱਦਿਆ ਕਿ ਬਹਿ ਕੇ ਗੱਲਾਂ ਬਾਤਾਂ ਕਰ ਤੂੰ ਹੋਰ ਹੀ ਕਹਾਣੀ ਛੱਡ ਕੇ ਬਹਿ ਗਈ ਕੀ ਕਹਾਣੀਆਂ ਛੇੜੀਆਂ ਕੀ ਕਹਿਤਾ ਮੈਂ ਕੀ ਕਹਿਤਾ ਮੈਂ ਇਹੋ ਚੋਰ ਵੀ ਹੁਣ ਵਰੀ ਬਣਾਲੀ ਹੁਣ ਫਲਾਣ ਕਰ ਲਈ ਚੱਜ ਦੇ ਸੂਟ ਬਣਾ ਲੈਂਦੇ ਕਿਸੇ ਕੰਮ ਦੇ ਸੂਟ ਨੀ
ਚੰਗੇ ਭਲੇ ਕੁੜੀ ਤੇਰੇ ਨੱਕ ਤੇ ਨਹੀਂ ਜੜਦੇ ਆ 4000 ਦਾ ਆ 5000 ਦਾ ਆ ਕੋਈ ਰੀਜਾ ਤੇ ਪਗਾਈਆਂ ਨਹੀਂ ਮੇਰੀਆਂ ਬੰਦਾ ਵੇਂਦਾ ਕਿ ਬੰਦਾ ਕੌਣ ਬੈਠਾ ਕੌਣ ਨਹੀਂ ਬੈਠਾ ਉਦਾਂ ਦੀ ਗੱਲ ਕਰਨੀ ਕਿ ਨਹੀਂ ਕਰਨੀ ਉਹ ਸਸਰੀ ਗੱਲਾਂ ਹੀ ਤੁਹਾਨੂੰ ਉਦਾਂ ਪਤਾ ਨਹੀਂ ਕਿਉਂ ਮਿਰਚਾਂ ਇੰਨੀਆਂ ਲੱਗੀਆਂ ਵਾ ਚਾਹ ਲੱਗਦੀ ਅਗਲੇ ਕੀ ਸੋਚਦੇ ਹੋਣਗੇ ਪਹਿਲਾਂ ਮੈਨੂੰ ਸੱਦਣ ਕਿਉਂ ਆਏ ਜੇ ਤੁਹਾਨੂੰ ਪਤਾ ਸੀ ਵੀ ਮੈਂ ਗੱਲਾਂ ਨਹੀਂ ਚੰਗੀਆਂ ਕਰਦੀ ਸੱਦਿਆ ਤਾਂ ਕਿ ਲਾਗੇ ਬੈਂਕ ਵਿੱਚ ਚਾਹੀਦੀ ਗੱਲ ਕਰੇਗੀ ਮੈਨੂੰ ਥੋੜੀ ਪਤਾ ਕਿ ਤੂੰ ਘੜੂਸਾਂ ਹੀ ਮਾਰਦੀਆਂ ਜਾ ਕੇ ਆਹੋ ਮੈਂ ਮਾਰਨੀਆਂ ਘੜੂਸਾਂ ਲਾ ਲਓ ਜ਼ੋਰ ਦੀ ਇੱਥੇ ਤੱਕ ਲੱਗਦਾ ਮਾਰਨੀਆਂ ਹੀ ਘੜੂਸਾਂ ਮਾਰਨੀਆਂ ਹੁਣ ਤੇ ਪੱਕੀਆਂ ਮਾਰਨੀਆਂ ਉਹ ਵੀ ਸੋਚਦੇ ਪਤਾ ਨੀ ਕਿਹੜੀ ਬਣ ਗਈ ਦੀ ਹੈ ਗੱਲ ਕਰਨਾ ਤੇ ਸੱਦਿਆ ਘੜੂਸਾਂ ਮਾਰਨਾ ਆਂਟੀ।